ਦਾਨਿਸ਼ ਐਗਰੀਕਲਚਰ 'ਚ ਖੁਸ਼ ਹਮਦੀਦ ਮੀਆਂ ਚਨੂੰ ਗੱਲਾਂ ਮੰਡੀ ਦੇ ਅੰਦਰ ਮੌਜੂਦ ਹਾਂ ਅਤੇ ਸਟਾਕੀਆਂ ਨੇ ਗੰਦਮ ਕੱਢਣੀ ਸ਼ੁਰੂ ਕਰਤੀ ਹੈ। ਲਾਈਵ ਬੋਲੀ ਹੋ ਕੇ ਹਟੀ ਹੈ ਵੇਖਦੇ ਗੰਦਮ ਤੁਹਾਨੂੰ ਚੈੱਕ ਕਰਾਉਂਦੇ ਹਾਂ ਅਤੇ ਅੱਜ ਗੰਦਮ ਦੀ ਕੀਮਤ ਦੇ ਵਿੱਚ ਇਜ਼ਾਫਾ ਵੀ ਦੇਖਿਆ ਜਾ ਰਿਹਾ। ਮਾਸ਼ਾਅੱਲਾ ਚੈੱਕ ਕਰੋ ਜ਼ਰਾ, ਅੱਜ ਹਲਕਾ ਜਿਹਾ ਇਜ਼ਾਫਾ ਆਇਆ, ਚੰਗੀ ਧੁੱਪ ਲੱਗੀ ਅਤੇ ਇਹ ਇੱਧਰ ਚੈੱਕ ਕਰੋ ਜਿਵੇਂ ਮਿੱਟੀ ਵੀ ਆ, ਇਹ ਇੱਧਰ ਵੇਖੋ, ਇਹ ਚੈੱਕ ਕਰੋ ਜ਼ਰਾ ਮਿੱਟੀ, ਮੇਰੀ ਮਿੱਟੀ ਵੀ 2500 ਨੂੰ ਵਿਕੀ ਹੈ, ਠੀਕ ਹੋ ਗਿਆ। ਆ ਵੀ ਢੇਰੀ ਪਈ ਹੋਈ ਹੈ, ਸਟਾਕੀਆਂ ਨੇ ਕੱਢਣੀ ਸ਼ੁਰੂ ਕਰਤੀ। 2500 ਰੇਟ ਆ, 2450 ਸੀ, 100 ਰੁਪਏ ਇਜ਼ਾਫੇ ਦੇ ਨਾਲ 2500 ਰੁਪਇਆ ਰੇਟ ਹੋ ਗਿਆ ਅੱਜ। ਅਤੇ ਆਹ ਕੱਢੀ ਵੀ ਜਾਂਦੇ ਆ ਕੁਛ, ਠੀਕ ਹੋ ਗਿਆ। ਅਤੇ ਆਹ ਚੰਗਾ ਢੇਰ ਲੱਗਾ ਹੋਇਆ, ਇਹਦੀ ਲਾਈਵ ਬੋਲੀ ਹੋ ਗਈ ਆ, ਇੱਕ ਇੱਧਰ ਵੀ ਪਈ ਹੋਈ ਆ, ਇਹ ਤਾਂ ਬਿਲਕੁਲ ਹੀ ਮਾਠੀ ਹੈ ਨਾ, ਇਹ ਤਾਂ ਬਹੁਤ ਜ਼ਿਆਦਾ ਮਿੱਟੀ ਆ, ਠੀਕ ਹੋ ਗਿਆ। ਅਤੇ ਆਹ ਇਹਦਾ ਹਲਕੀ ਹਲਕੀ ਮਿੱਟੀ ਹੈ ਇਹਦੇ 'ਚ, ਅਤੇ 2500 ਰੇਟ ਲੱਗਾ ਅੱਜ। ਤੁਹਾਡਾ ਇਲਾਕਾ ਕਿਹੜਾ ਵਾ, ਤੁਹਾਡੇ ਇਲਾਕੇ ਦੇ ਵਿੱਚ ਕੀ ਰੇਟ ਆ, ਸਾਨੂੰ ਕਮੈਂਟਸ ਬੋਕਸ 'ਚ ਜ਼ਰੂਰ ਦੱਸਿਆ ਕਰੋ, ਤਾਂ ਕਿ ਇੱਕ ਆਈਡੀਆ ਲਗਾਇਆ ਜਾ ਸਕੇ ਕਿ ਕੀ ਜਿਨਸ ਦਾ ਰੇਟ ਚੱਲਦਾ ਪਿਆ ਵਾ, ਕਿਹੜੇ ਸ਼ਹਿਰ ਦੇ ਵਿੱਚ ਜ਼ਿਆਦਾ ਵਾ ਅਤੇ ਕਿਹੜੇ 'ਚ ਘੱਟ ਆ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ, ਨਵੀਂ ਅਪਡੇਟ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।